ਅਸਲਾਮ ਅਲੈਕੁਮ ਜੀ, ਮੈਂ ਪਹੁੰਚਿਆ ਦਰਬਾਰ ਸਾਹਿਬ ਕਰਤਾਰਪੁਰ ਰੇਲਵੇ ਸਟੇਸ਼ਨ, ਅਤੇ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਭਾਈ ਜਾਨ। ਹਾਂਜੀ ਬਾਬਾ ਜੀ, ਉਦਾਸ ਕਿਵੇਂ ਬੈਠੇ ਹੋ? ਕੀ ਦੱਸਾਂ ਵੀਰ ਜੀ, ਉਦਾਸ ਕਿਵੇਂ ਬੈਠਾ ਹੈ? ਪਿੱਛੇ ਤੁਸੀਂ ਰੇਲਵੇ ਸਟੇਸ਼ਨ ਦੇਖੋ, ਕਰਤਾਰਪੁਰ ਲਾਂਘੇ ਦੀ ਤਾਂ ਸਾਰਿਆਂ ਨੂੰ ਹੀ ਸੂਝ ਬੂਝ ਹੈ, ਸਾਰਿਆਂ ਨੂੰ ਪਤਾ ਹੈ ਦਰਬਾਰ ਸਾਹਿਬ ਕਰਤਾਰਪੁਰ ਦਾ ਲਾਂਘਾ ਜਿਹੜਾ। ਆਹ ਦੇਖੋ ਤੁਸੀਂ, ਆਹ ਸਟੇਸ਼ਨ ਵੀ ਤਾਂ ਦਰਬਾਰ ਸਾਹਿਬ ਕਰਤਾਰਪੁਰ ਦਾ ਹੈ, ਦੇਖ ਲਓ। ਰੋ ਰਿਹਾ ਆਪਣੀ ਅੱਖੀਂ ਆਪ ਹੀ। ਬਚਪਨ ਦੇ ਵਿੱਚ ਜਦੋਂ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਮੇਰੇ ਆਪਣੇ ਪੁਰਖ ਜਿਹੜੇ ਆ ਉਹ ਐਸੇ ਟਰੈਕ ਦੇ ਆ, ਐਸੇ ਜਗ੍ਹਾ ਦੇ ਉੱਤੇ, ਇੱਥੋਂ ਅੱਗੇ ਕੋਈ ਤਕਰੀਬਨ 8 ਤੋਂ 9 ਕਿਲੋਮੀਟਰ ਅੱਗੇ ਮੇਰਾ ਨਾਨਕਾ ਪਿੰਡ ਹੈ, ਮੇਰੀ ਮੈਰਿਜ ਵੀ ਇੱਥੇ ਹੋਈ ਹੈ। ਅਤੇ ਮੈਂ ਜਦੋਂ ਲੰਘਦਾ ਹੁੰਦਾ ਸੀ, ਕਿੰਨੀ ਆਬਾਦ ਹੁੰਦੀ ਸੀ ਇਹ ਰੇਲਵੇ ਦੀ ਲਾਈਨ, ਇਹ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਦੇਖਣਾ ਕਿਹੜਾ ਸਟੇਸ਼ਨ ਆ ਗਿਆ ਦਰਬਾਰ ਸਾਹਿਬ ਕਰਤਾਰਪੁਰ। ਉਹ ਰੇਹ ਮਿਟਿਆ ਹੋਇਆ ਸੀ ਕਰਤਾਰ ਦਾ, ਉਦੋਂ ਪਤਾ ਵੀ ਨਹੀਂ ਸੀ ਕਰਤਾਰ ਕਿਹਨੂੰ ਕਹਿੰਦੇ ਆ, ਹੁਣ ਆ ਕੇ ਪਤਾ ਲੱਗਾ ਅੱਜ ਵੀ ਕਰਤਾਰਪੁਰ ਵੀ ਰੱਬ ਨੇ ਆਬਾਦ ਕੀਤਾ ਹੋਇਆ। ਜਗ੍ਹਾ ਦਾ ਨਾਮ ਖੁਦਾ ਕੀ ਬਸਤੀ, ਰੱਬ ਦੀ ਬਸਤੀ। ਓਹੋ, ਵਕਤ ਗੁਜ਼ਰ ਗਿਆ, ਉਸੇ ਚੀਜ਼ ਨੂੰ ਦੇਖ ਕੇ, ਉਸੇ ਚੀਜ਼ ਨੂੰ ਲੈ ਕੇ ਉਦਾਸ ਹੋਇਆ ਬੈਠਾ ਮੈਂ। ਕਿ ਆਹ ਦੇਖੋ ਤੁਸੀਂ, ਕਰਤਾਰਪੁਰ ਲਾਂਘੇ ਦੀ ਤਾਂ ਗੱਲ ਹੋ ਰਹੀ ਹੈ ਅੱਜ, ਕਰਤਾਰਪੁਰ ਦਾ ਕਹਿ ਰਹੇ ਹੈ ਕਿ ਕਰਤਾਰਪੁਰ ਨੂੰ ਹੋਣਾ ਚਾਹੀਦਾ, ਆਬਾਦ ਹੋਣਾ ਚਾਹੀਦਾ, ਇੱਥੇ ਲੋਕ ਆਉਣੇ ਚਾਹੀਦੇ ਆ। ਇਹ ਰੇਲਵੇ ਦੀ ਲਾਈਨ ਹੈ, ਇਹ ਟੂਵਰਡ ਸੁੱਖੋ ਚੱਕ, ਠੀਕ ਹੈ ਜੀ। ਲਾਸਟ ਬਾਉਂਡਰੀਜ਼ ਜਿਹੜੀਆਂ ਪਾਕਿਸਤਾਨ ਵੱਲੋਂ ਜੰਮੂ ਨੂੰ ਜਾਂਦੀਆਂ ਸੀਗੀਆਂ, ਇਹ ਉਹ ਟਰੈਕ ਹੈ ਜਿੱਥੇ ਚੱਕ ਅਮਰੂ ਨੂੰ ਜਾਂਦਾ ਜੀ। ਇਹ ਰੇਲਵੇ ਲਾਈਨ ਹੈ, ਇਹਨੂੰ ਮੈਂ ਕੰਨ ਲਾ ਕੇ ਸੁਣਦਾ ਹੁੰਦਾ ਗੱਡੀ ਆਈ ਕਿ ਨਹੀਂ ਆਈ, ਠੀਕ ਹੈ ਜੀ। ਇਹ ਅੱਗੇ ਸੁੱਖੋ ਚੱਕ ਹੈ, ਔਰ ਨਾਲ ਹੀ ਨਾਲ ਪਹਿਲੇ ਤਹਿਸੀਲ ਬਟਾਲਾ ਸੀ, ਅੱਜ ਕੱਲ੍ਹ ਸ਼ਕਰਗੜ੍ਹ ਹੈ ਜੀ। ਤੁਸੀਂ ਦੇਖ ਰਹੇ ਹੋ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ। ਆਹ ਫੁੱਟਪਾਥ ਦੇ ਉੱਤੇ ਸੰਗਤਾਂ ਕਦੀ ਆ ਕੇ ਉਤਰਦੀਆਂ ਹੋਣਗੀਆਂ ਪਲੇਟਫਾਰਮ ਦੇ ਉੱਤੇ। ਆਹ ਲਾਹੌਰ ਤੋਂ ਆ ਰਿਹਾ ਜੀ, ਠੀਕ ਹੈ ਜੀ। ਪਹਿਲੇ ਜੱਸੜ, ਔਰ ਉਸ ਤੋਂ ਪਹਿਲੇ ਨਾਰੋਵਾਲ, ਔਰ ਨਾਰੋਵਾਲ ਤੋਂ ਪਹਿਲੇ ਲਾਹੌਰ। ਲਾਹੌਰ ਤੋਂ ਹੁੰਦਾ ਹੋਈਆਂ ਸੰਗਤਾਂ ਜਿਹੜੀਆਂ ਸੀ ਇਸ ਟਰੈਕ ਤੋਂ ਆ ਕੇ ਉਤਰਦੀਆਂ ਹੁੰਦੀਆਂ ਸੀ। ਇਹ ਮੈਂ ਤੁਹਾਨੂੰ ਕਿਹਾ ਸੀ ਕਿ ਰੇਡੀਓ ਸਾਡੇ ਵਾਲਾ ਜੋ ਦਿਖਾਏਗਾ ਸ਼ਾਇਦ ਤੁਹਾਨੂੰ ਕਿਤੋਂ ਹੋਰ ਨਾ ਲੱਭੇ। ਵੀਰ ਜੀ, ਇਹਨੂੰ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਲੱਗੇ ਕਿ ਅਸਲੀ ਕਰਤਾਰਪੁਰ ਦਾ ਰੇਲਵੇ ਸਟੇਸ਼ਨ ਕਿਹੜਾ ਸੀ। ਆਓ, ਤੁਹਾਨੂੰ ਅੱਜ ਤੱਕ ਜਿਹੜੇ ਟੈਕਸਟ ਲਿਖੇ ਹੋਏ ਆ, ਆਹ ਦੇਖ ਲਓ ਸਾਹਮਣੇ ਜਿਹੜਾ ਰੇਲਵੇ ਸਟੇਸ਼ਨ ਆ, ਆਹ ਫੁੱਟਪਾ, ਇੱਥੇ ਲੋਕ ਬੈਠ ਕੇ ਵੇਟ ਕਰਦੇ ਹੁੰਦੇ ਸੀ, ਜਿਹੜੀ ਲਾਹੌਰ ਤੋਂ ਟ੍ਰੇਨ ਆਉਂਦੀ ਹੁੰਦੀ ਸੀ, ਵਾਹਗਾ ਤੋਂ ਆਉਂਦੀ ਹੁੰਦੀ ਸੀ, ਔਰ ਇੱਕ ਅਰਸੇ ਤੱਕ ਟ੍ਰੇਨਾਂ ਜਿਹੜੀਆਂ ਨੇ ਉਹ ਕਿੱਥੋਂ ਆਉਂਦੀਆਂ ਹੁੰਦੀਆਂ ਸੀ, ਡੇਰਾ ਬਾਬਾ ਗੁਰੂ ਨਾਨਕ ਤੋਂ, ਗੁਰਦਾਸਪੁਰ ਤੋਂ ਆਉਂਦੀਆਂ ਹੁੰਦੀਆਂ ਸੀ ਜੀ। ਔਰ ਇੱਥੋਂ ਆ ਕੇ ਲੋਕ ਉਤਰਦੇ ਸੀ, ਇੱਥੋਂ ਆ ਕੇ ਆਪਣੀ ਕਲੀਅਰੈਂਸ ਕਰਾਉਂਦੇ ਸੀ, ਇੱਥੋਂ ਸਟੇਸ਼ਨ ਦੇ ਉੱਤੋਂ ਆਪਣੀ ਟਿਕਟ ਲੈ ਕੇ ਦੁਬਾਰਾ ਚੜ੍ਹਦੇ ਸੀ। ਆਹ ਦੇਖ ਲਓ ਰੇਲ ਦਾ ਪੁਰਾਣਾ ਡੱਬਾ, ਅੱਜ ਵੀ ਖਲੋਤਾ ਹੋਇਆ। ਪਲੀਜ਼, ਦਿਸ ਵੀਡੀਓ ਇਜ਼ ਬਿਲੋਂਗ ਟੂ ਰੇਡੀਓ ਸਾਡੇ ਵਾਲਾ, ਨੋ ਵਨ ਹੈਵ ਅ ਰਾਈਟ ਟੂ ਡਾਊਨਲੋਡ ਔਰ ਸ਼ੇਅਰ ਔਨ ਐਨੀ ਯੂਟਿਊਬ ਪੇਜ ਔਰ ਦੇਅਰ ਓਨ ਪਰਸਨਲ ਫੇਸਬੁੱਕ ਪੇਜ। ਇਹ ਵੀਡੀਓ ਜਿਹੜੀ ਹੈ ਤੁਸੀਂ ਰੇਡੀਓ ਸਾਡੇ ਵਾਲਾ ਦੀ ਤਰਫੋਂ ਉਪਰਾਲਾ ਦੇਖ ਰਹੇ ਹੋ, ਲਿਹਾਜ਼ਾ ਕਿਸੇ ਨੂੰ ਇਜਾਜ਼ਤ ਨਹੀਂ ਹੈਗੀ ਕਿ ਇਸ ਵੀਡੀਓ ਨੂੰ ਡਾਊਨਲੋਡ ਕਰਕੇ ਆਪਣੇ ਯੂਟਿਊਬ ਚੈਨਲ ਜਾਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਸ਼ੇਅਰ ਕਰੇ। ਅਗਰ ਇਹ ਕਰੇ ਤਾਂ ਰੇਡੀਓ ਸਾਡੇ ਵਾਲਾ ਆਪਣੇ ਪ੍ਰਾਈਵੇਟ ਲੀਗਲ ਰਾਈਟਸ ਜਿਹੜਾ ਉਹ ਰੱਖਦਾ, ਔਰ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਆਹ ਦੇਖ ਲਓ ਜੀ, ਠੀਕ ਹੈ ਜੀ, ਮੈਂ ਫੇਕ ਗੱਲ ਨਹੀਂ ਕਰਦਾ, ਦੇਖੋ ਮੈਂ ਫੇਕ ਗੱਲ ਨਹੀਂ ਕਰਦਾ, ਬਿਲਕੁਲ ਰੀਅਲ ਸੋਰਸਿਸ ਦੇ ਉੱਤੇ ਕੰਮ ਕਰਨਾ ਆ ਕੇ ਮੈਂ। ਦੇਖੋ ਇੱਕ ਪੈਸ਼ਨ ਹੁੰਦਾ ਬੰਦੇ ਦਾ, ਮੇਰਾ ਇਹ ਚੀਜ਼ ਪੈਸ਼ਨ ਹੈ। ਅੱਜ ਕੁਛ ਹੋਇਆ ਰੇਲਵੇ ਸਟੇਸ਼ਨ, ਉਹ ਉੱਤੇ ਲਿਖਿਆ ਹੋਇਆ ਕਰਤਾਰਪੁਰ, ਦੇਖ ਲਓ ਇਹ ਸਾਰਾ ਕੁਛ ਸਾਡੀ ਸਾਂਝੀ ਵਾਲਤਾ ਦਾ ਹੈਰੀਟੇਜ, ਜਿਹੜਾ ਕਿ ਨਾਰੋਵਾਲ ਤੋਂ ਸ਼ਕਰਗੜ੍ਹ ਟਰੈਕ ਜਿਹੜਾ ਚੱਕ ਅਮਰੂ ਤੱਕ ਟਰੈਕ ਸੀਗਾ, ਉਹ ਟਰੈਕ ਬੰਦ ਹੋਣ ਕਾਰਨ ਇੱਥੇ ਹੁਣ ਗੱਡੀ ਨਹੀਂ ਆਉਂਦੀ। ਅਤੇ ਜਦੋਂ ਪਾੜੇ ਪਏ ਆ, ਜਾਂ ਜਦੋਂ ਤੁਸੀਂ ਕਹਿ ਲਵੋ ਕਿ ਰਾਈਟਸ ਹੋਏ ਆ, ਫਿਰ ਉਸ ਤੋਂ ਬਾਅਦ 87 ਵਾਲਾ ਮਾਮਲਾ ਹੋਇਆ, ਅਤੇ ਉਸ ਤੋਂ ਬਾਅਦ ਤਾਂ ਬਕਾਇਦਾ ਪੁਲ ਨੂੰ ਬੰਬ ਮਾਰ ਕੇ ਉੱਧਰੋਂ ਉਡਾਇਆ ਗਿਆ ਸੀ, ਠੀਕ ਹੈ ਜੀ। ਉਹਦੇ ਵਿੱਚ ਇਸ ਟ੍ਰੇਨ ਦਾ ਟਰੈਕ ਸਭ ਤੋਂ ਪਹਿਲੇ ਬੰਬ ਮਾਰਿਆ ਗਿਆ, ਫਿਰ ਉਸ ਤੋਂ ਬਾਅਦ ਪਾਣੀ ਛੱਡਿਆ ਗਿਆ ਤਾਂ ਕਿ ਪੰਜਾਬੀ ਜਿਹੜੇ ਆਪਸ 'ਚ ਰਲ ਕੇ ਬਹਿਣ ਹੀ ਨਾ। ਲੇਕਿਨ ਮੈਂ ਕਹਾਂਗਾ ਕਿ ਦੇਰ ਆਏ ਦਰੁਸਤ ਆਏ, ਦੋਵਾਂ ਸਰਕਾਰਾਂ ਬੈਠ ਕੇ ਫੈਸਲਾ ਕੀਤਾ, ਔਰ ਕਰਤਾਰਪੁਰ ਸਾਹਿਬ ਕੋਰੀਡੋਰ, ਉਮੀਦ ਕਰਦਾ ਹਾਂ ਕਿ ਆਹਿਸਤਾ ਆਹਿਸਤਾ ਅੱਗੇ ਹੈ ਜਿਹੜਾ ਉੱਤੇ ਲੱਗਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ,
ਇਹ ਬੋਰਡ ਇਹ ਰੇਲਵੇ ਸਟੇਸ਼ਨ ਵੀ ਖੁੱਲ੍ਹੇਗਾ, ਸੰਗਤਾਂ ਇੱਥੇ ਆਉਣ ਕਰਨਗੀਆਂ ਬਾਕੀ ਸ਼ਹਿਰਾਂ ਦੀ ਤਰ੍ਹਾਂ, ਔਰ ਬਾਕੀ ਸ਼ਹਿਰਾਂ ਦੀ ਤਰ੍ਹਾਂ ਇੱਥੇ ਵੀ ਜਿਹੜਾ ਉਹ ਸਾਰਾ ਕੁਛ ਹੋਇਆ ਕਰੇਗਾ, ਇੱਥੇ ਟਿਕਟਾਂ ਲੈਣ ਕਰਨਗੇ, ਦੁਬਾਰਾ ਤੋਂ ਰੇਲਵੇ ਸਟੇਸ਼ਨ ਆਬਾਦ ਹੋਏਗਾ, ਇੱਥੇ ਬਕਾਇਦਾ ਤੌਰ 'ਤੇ ਗੱਡੀਆਂ ਮਿਲਦੀਆਂ ਨੇ, ਉਹਨਾਂ ਦੀ ਆਮਦ ਉਹਨਾਂ ਦਾ ਸਕੈਜੂਅਲ ਜਿਹੜਾ ਬਿਲਕੁਲ ਉਹ ਲਿਖਿਆ ਜਾਂਦਾ ਸੀ ਜੀ। ਇੱਥੋਂ ਜੀ ਦੇਖੋ ਇੱਥੋਂ ਲਿਖਿਆ ਹੋਇਆ ਗੁਜਰਾਂਵਾਲਾ ਬਾਬਲਪੁਰ, ਫਿਰ ਲੈਲਪੁਰ ਗੁਜਰਾਂਵਾਲਾ, ਅਤੇ ਚੌਕ ਦਿੱਤਾ ਤਹਿਸੀਲ ਸ਼ਕਰਗੜ੍ਹ, ਔਰ ਮਰਿਆਲ ਚੱਕਮਰੂ ਡਾਬਨ ਸਿੰਘ ਵਾਲਾ, ਡਾਬਾ ਸਿੰਘ ਵਾਲਾ ਠੀਕ ਹੈ ਜੀ, ਔਰ ਉਸ ਤੋਂ ਬਾਅਦ ਨਾਰੰਗ ਕਾਲਾ ਖਤਾਈ ਸ਼ਾਦਰਾ ਬਾਗ ਔਰ ਲਾਹੌਰ। ਇੱਥੋਂ ਫਿਰ ਸੀ ਅੱਗੇ ਸੀ ਜੀ ਪਿਸ਼ਾਵਰ ਕੈਂਟ ਰਾਵਲਪਿੰਡੀ ਗੁਜਰਾਤ ਠੀਕ ਹੈ ਜੀ, ਔਰ ਇਸ ਤੋਂ ਬਾਅਦ ਅੱਗੇ ਜਿਹੜੇ ਹੈ ਉਹ ਮੁਖਤਲਿਫ ਸ਼ਹਿਰਾਂ ਦੇ ਨਾਮ ਲਿਖੇ ਹੋਏ ਨੇ, ਜੱਸਾ ਅਫਗਾਨਾ ਵੀ ਲਿਖਿਆ ਹੋਇਆ, ਔਰ ਨੂਰਕੋਟ ਵੀ ਲਿਖਿਆ, ਸ਼ਕਰਗੜ੍ਹ ਵੀ ਲਿਖਿਆ ਹੋਇਆ, ਇੱਥੇ ਬੁਸਤਾਨ ਅਫਗਾਨਾ ਦਾ ਨਾਮ ਵੀ ਹੈ। ਫਿਰ ਇੱਥੇ ਉਦੋਂ ਪੈਸੇ ਰੁਪਈਆਂ ਚੱਲਦੇ ਸਨ, ਅਤੇ ਉਹਨਾਂ ਦੀ ਪੂਰੀ ਉਰਦੂ ਦੇ ਵਿੱਚ ਪੂਰੀ ਡਿਟੇਲ ਲਿਖੀ ਹੋਈ ਹੈ ਕਿ ਗੱਡੀ ਕਦੋਂ ਆਏਗੀ ਕਦੋਂ ਜਾਏਗੀ, ਹਲਕੀ ਹਲਕੀ ਮਿੱਟੀ ਹੋਈ ਹੈ ਕਿਉਂਕਿ ਮੈਂ ਇਹਨਾਂ ਟ੍ਰੇਨਾਂ ਦੇ ਵਿੱਚ ਖੁਦ ਸਫ਼ਰ ਕੀਤਾ, ਆਪਣੇ ਪੇਰੈਂਟਸ ਦੇ ਨਾਲ ਸਫ਼ਰ ਕੀਤਾ, ਆਪਣੇ ਨਾਨਕੇ ਗਿਆ, ਮੈਂ ਆਪਣੇ ਦਾਦਕੇ ਗਿਆ, ਸੱਚੀ ਪੁੱਛੋ ਤਾਂ ਮੇਰੀਆਂ ਅੱਖਾਂ ਦੇ ਵਿੱਚ ਅੱਥਰੂ ਆਉਂਦੇ ਨੇ ਜਦੋਂ ਮੈਂ ਇਸ ਰੇਲਵੇ ਟਰੈਕ ਨੂੰ ਦੇਖਣਾ, ਜਦੋਂ ਮੈਂ ਇਸ ਜਗ੍ਹਾ ਨੂੰ ਦੇਖਣਾ, ਉੱਜੜੇ ਹੋਏ ਦੇਖਣਾ, ਕਿਉਂਕਿ ਮੈਂ ਇਹਨਾਂ ਨੂੰ ਸਾਰਾ ਕੁਛ ਆਬਾਦ ਦੇਖਿਆ ਹੋਇਆ। ਆਹ ਦੇਖ ਲਓ ਤੁਸੀਂ ਇੱਥੋਂ ਆਹ ਸਟੇਸ਼ਨ ਮਾਸਟਰ ਦਾ ਕਮਰਾ ਹੁੰਦਾ ਰਿਹਾ, ਮੈਨੂੰ ਯਾਦ ਹੈ। ਆਹ ਦੇਖ ਲਓ ਤੁਸੀਂ ਇਹ ਜਿਹੜੀ ਬਾਰੀ ਜਿਹੀ ਹੈ ਤੁਹਾਨੂੰ ਸਟੇਸ਼ਨ ਮਾਸਟਰ ਦੀ ਨਜ਼ਰ ਆ ਰਹੀ ਹੈ, ਇੱਥੋਂ ਇਸ ਜਗ੍ਹਾ ਦੇ ਉੱਤੋਂ ਅੰਦਰ ਜਾਇਆ ਜਾਂਦਾ ਸੀ ਠੀਕ ਹੈ ਜੀ। ਸਟੇਸ਼ਨ ਮਾਸਟਰ ਨੂੰ ਅਗਰ ਕਿਸੇ ਨੇ ਮਿਲਣਾ, ਇਹ ਅਟੈਚ ਰੂਮ ਸਨ ਇਹਦੇ ਨਾਲ ਹੋਰ ਜਿਹੜੇ ਸਨ। ਫਿਰ ਆਹ ਬਕਾਇਦਾ ਟੋਇਲਟ ਸੀਗੇ, ਇਹਨਾਂ ਦੇ ਉੱਤੇ ਲਿਖਿਆ ਹੁੰਦਾ ਸੀ ਜਾਇਜ਼ ਜ਼ਰੂਰਤ ਜ਼ਨਾਨਾ, ਜਾਇਜ਼ ਜ਼ਰੂਰਤ ਮਰਦਾਨਾ, ਇੱਕ ਮੇਲ ਔਰ ਇੱਕ ਫੀਮੇਲ ਟੋਇਲਟ ਜਿਹੜਾ ਸੀ ਉਹ ਇੱਥੇ ਬਣਾਇਆ ਗਿਆ ਸੀ। ਫਿਰ ਜਿਹੜੇ ਇੱਥੇ ਲੋਕ ਰਹਿੰਦੇ ਸੀ, ਜਿਹੜੇ ਕਿ ਕੇਅਰਟੇਕਰ ਸਨ ਰੇਲਵੇ ਵੱਲੋਂ, ਉਹਨਾਂ ਦੀ ਰਿਹਾਇਸ਼ਾਂ ਜਿਹੜੀਆਂ ਸਨ ਉਹ ਇੱਥੇ ਬਣਾਈਆਂ ਗਈਆਂ ਸਨ। ਤੁਸੀਂ ਦੇਖ ਰਹੇ ਹੋ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ, ਇਹ ਰੇਲਵੇ ਸਟੇਸ਼ਨ ਹੈ ਜੀ ਦਰਬਾਰ ਸਾਹਿਬ ਕਰਤਾਰਪੁਰ ਦਾ। ਇੱਥੋਂ ਸੰਗਤਾਂ ਆਉਂਦੀਆਂ ਹੁੰਦੀਆਂ ਸਨ ਜਦੋਂ ਈਸਟ ਪੰਜਾਬ ਤੋਂ ਹੋਰ ਕੋਈ ਉਪਰਾਲਾ ਨਹੀਂ ਸੀ ਹੁੰਦਾ, ਅਤੇ ਟ੍ਰੇਨ ਦੇ ਜ਼ਰੀਏ ਜਿਹੜਾ ਸੀ ਉਹ ਇੱਥੇ ਆਉਂਦੀਆਂ ਹੁੰਦੀਆਂ ਸੀ। ਮੈਂ ਨਾਰੋਵਾਲ ਰੇਲਵੇ ਸਟੇਸ਼ਨ ਦੇ ਉੱਤੇ ਖੁਦ ਦੇਖਿਆ ਕਿ ਜਿੱਥੇ ਗੁਰਮੁਖੀ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਔਰ ਉਰਦੂ ਦੇ ਵਿੱਚ ਤਿੰਨਾਂ ਲੈਂਗੁਏਜਿਸ ਦੇ ਵਿੱਚ ਲਿਖਿਆ ਹੁੰਦਾ ਸੀ ਕਿ ਦਰਬਾਰ ਸਾਹਿਬ ਕਰਤਾਰਪੁਰ ਜਾਣ ਵਾਲੀ ਗੱਡੀ ਜਿਹੜੀ ਹੈ ਇੱਥੋਂ ਬਦਲੇਗੀ, ਸਿਆਲਕੋਟ ਜਾਣ ਵਾਲੀ ਅਲੱਗ ਹੋਏਗੀ, ਵਜ਼ੀਰਾਬਾਦ ਜਾਣ ਵਾਲੀ ਅਲੱਗ ਹੋਏਗੀ, ਇਹ ਢਲਦੀ ਸ਼ਾਮ। ਰੱਬ ਕੋਲੋਂ ਇਹੀ ਅਰਦਾਸ ਹੈ, ਰੱਬ ਕੋਲੋਂ ਇਹੀ ਬੇਨਤੀ ਹੈ ਔਰ ਇਹੀ ਦੁਆ ਹੈ ਸਾਡੀ ਕਿ ਵੀ ਇਹ ਸਟੇਸ਼ਨ ਇਸੇ ਤਰ੍ਹਾਂ ਜਿਸ ਤਰ੍ਹਾਂ ਪਹਿਲੇ ਆਬਾਦ ਸਨ ਉਸੇ ਤਰ੍ਹਾਂ ਹੀ ਦੁਬਾਰਾ ਆਬਾਦ ਹੋਣ, ਸੰਗਤਾਂ ਹੁੰਮ ਹੁਮਾ ਕੇ ਇੱਥੇ ਆਉਣ, ਦਰਸ਼ਨ ਦੀਦਾਰੇ ਕਰਨ। ਔਰ ਆਪ ਜੀ ਤੋਂ ਰਿਕੁਐਸਟ ਜਿਹੜੀ ਹੈ ਉਹ ਇਹੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਾਗਰੂਕ ਹੋਵੇ ਕਿ ਦਰਬਾਰ ਸਾਹਿਬ ਕਰਤਾਰਪੁਰ ਦਾ ਇੱਕ ਆਪਣਾ ਰੇਲਵੇ ਸਟੇਸ਼ਨ ਸੀਗਾ ਠੀਕ ਹੈ ਜੀ। ਹੋਪ ਇਸ ਬਾਰੇ ਤੁਸੀਂ ਕਦੀ ਵੀ ਕੋਈ ਲਾਈਵ ਵੀਡੀਓ ਪਹਿਲੇ ਨਹੀਂ ਦੇਖੀ ਹੋਣੀ, ਤਸਵੀਰਾਂ ਜ਼ਰੂਰ ਦੇਖੀਆਂ ਹੋਣਗੀਆਂ, ਲੇਕਿਨ ਇਹ ਵਾਲਾ ਉਪਰਾਲਾ ਜਿਹੜਾ ਉਹ ਰੇਡੀਓ ਸਾਡੇ ਵਾਲਾ ਦੀ ਤਰਫੋਂ ਕੀਤਾ ਗਿਆ ਔਰ ਤੁਸੀਂ ਇਹ ਦੇਖ ਰਹੇ ਹੋ ਬਿਲਕੁਲ ਟੁੱਟਿਆ ਹੋਇਆ ਰੋਂਦਾ ਹੋਇਆ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ। ਅੱਜ ਲਾਂਘੇ ਦੀ ਤਾਂ ਗੱਲ ਕੀਤੀ ਜਾ ਰਹੀ ਹੈ, ਲੇਕਿਨ ਜਿਹੜਾ ਅਸਲ ਲਾਂਘਾ ਸੀ ਜਿੱਥੋਂ ਅਸਲ ਸੰਗਤਾਂ ਆਉਂਦੀਆਂ ਜਾਂਦੀਆਂ ਸਨ, ਤੁਹਾਡੇ ਪੁਰਖ ਆਉਂਦੇ ਜਾਂਦੇ ਸਨ ਇਸ ਜਗ੍ਹਾ ਦੇ ਉੱਤੇ ਮੱਥਾ ਟੇਕਣ ਵਾਸਤੇ, ਉਹ ਜਗ੍ਹਾ ਜਿਹੜੀ ਹੈ ਬਿਲਕੁਲ ਗੈਰ ਆਬਾਦ ਪਈ ਹੋਈ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇਵਾਲਾ ਨਿਊਜ਼ੀਲੈਂਡ ਤੋਂ 87.8 ਫ੍ਰੀਕੁਐਂਸੀ ਦੇ ਉੱਤੇ ਸਟੇਟ ਟਿਊਨ ਔਰ ਦੇਖੋ ਦਰਬਾਰ ਸਾਹਿਬ ਕਰਤਾਰਪੁਰ ਜਿਹੜਾ ਉਹਦਾ ਰੇਲਵੇ ਸਟੇਸ਼ਨ। ਔਰ ਮੈਂ ਕਹਾਂਗਾ ਕਿ ਤਮਾਮ ਕ੍ਰੈਡਿਟ ਜਿਹੜਾ ਉਹ ਰੇਡੀਓ ਸਾਡੇਵਾਲਾ ਦੀ ਟੀਮ ਨੂੰ ਜਾਂਦਾ, ਲਿਹਾਜ਼ਾ ਤੁਸੀਂ ਇਹਨੂੰ ਸ਼ੇਅਰ ਕਰੋ ਔਰ ਨਾਲ ਹੀ ਨਾਲ ਇਹ ਚੈਰਿਟੀ ਬੇਸ ਜਿਹੜਾ ਚੱਲ ਰਿਹਾ ਰੇਡੀਓ, ਇਹਨਾਂ ਦੀ ਹੈਲਪ ਕਰੋ ਤਾਂ ਕਿ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਹੋਰ ਵੀ ਕਰਨ ਔਰ ਸਾਂਝੀ ਬਲਤਾ ਦਾ ਸਾਂਝੇ ਪੰਜਾਬ ਹੈਰੀਟੇਜ ਜਿਹੜਾ ਸਾਡਾ ਪੰਜਾਬੀ ਹੈਰੀਟੇਜ ਹੈ ਉਸ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਅੱਗੇ ਵਧਾਵਾ ਦੇ ਸਕੀਏ ਔਰ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਸਾਡਾ ਸਾਂਝਾ ਹੈਰੀਟੇਜ ਜਿਹੜਾ ਉਹ ਕਿੱਥੇ ਕਿੱਥੇ ਪਿਆ ਹੋਇਆ। ਰੇਲਵੇ ਸਟੇਸ਼ਨ ਦਰਬਾਰ ਸਾਹਿਬ ਕਰਤਾਰਪੁਰ, ਰਿਪੋਰਟਿਡ ਬਾਏ ਰੇਡੀਓ ਸਾਡੇਵਾਲਾ ਐਂਡ ਆਈ ਐਮ ਯੋਰ ਹੋਸਟ ਬਾਬਾ ਜੀ ਫਰੋਮ ਪਾਕਿਸਤਾਨੀ ਪੰਜਾਬ। ਰੱਬ ਰਾਖਾ ਜੀ।